ਨਸ਼ਿਆਂ ਦੀ ਗੱਲ ਕਰਦਾ 6 ਫੁੱਟ ਦਾ ਖੜਾ ਸਾਹਮਣੇ ਨੂੰ ਕਹ ਮੋਦੀ ਨੂੰ ਕਹ ਜਿੱਥੇ ਮਰਜ਼ੀ ਇਕੱਲੇ ਨਾਲ ਇਕੱਲਾ ਆ ਜੇ ਹੁਣ ਕੱਲੀ ਆ ਰਸ ਅਸੀਂ ਦਾਤਵਾਦੀ ਆ ਇਹ ਐਵੇਂ ਇੱਕ ਰਾਸ਼ਟਰ ਇੱਕ ਬੋਲੀ ਇੱਕ ਮੰਡੀ ਇੱਕ ਇਹ ਸਭ ਕੁਝ ਇਹ ਕੀਤੀ ਜਾਂਦੇ ਆ ਮੈਂ ਤਾਂ ਇਹਨਾਂ ਨੂੰ ਇਹ ਗੱਲ ਚਾਹੁੰਦਾ ਚਾਹੁੰਦੇ ਹਾਂ ਵੀ ਜਦੋਂ ਕਾਨੂੰਨ ਬਣਾਉਣਾ ਸਾਡੇ ਤਾਂ ਕਾਨੂੰਨ ਬਣਾਉਣਾ ਸਾਨੂੰ ਪੁੱਛਿਆ ਹੀ ਨਹੀਂ ਜਾਂਦਾ ਪੁਲਿਸਾਂ ਦੇ ਅੱਗੇ ਡਟੇ ਹੋਏ ਨੇ ਪਿੱਛੇ ਵੀ ਬੈਰੀਕੇਡ ਭੰਨ ਕੇ ਅੱਗੇ ਨਾ ਕਿ ਆਏ ਆ ਜਿਹੜੇ ਅਸੀਂ ਸਮਝ ਲਏ ਸੀ ਟੀਕਿਆਂ ਨੇ ਖਾਲੇ ਨਸ਼ਿਆਂ ਨੇ ਖਾਲੇ ਅੱਜ ਜੰਮ ਕੇ ਫੇਰ ਖੜੇ ਹੋ ਗਏ ਨੇ ਤੇ ਜੇ ਹੱਕ ਮੰਗਣਾ ਅੱਤਵਾਦੀ ਆ ਤੇ ਫਿਰ ਸਾਰਾ ਦੇਸ਼ ਹੀ ਅੱਤਵਾਦੀ ਆ ਜੀ ਕਿਉਂਕਿ ਕੇਰਲ ਹਰਿਆਣਾ ਪੰਜਾਬ ਹਿਮਾਚਲ ਜ਼ਿੰਦਾਬਾਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ ਇਸ ਵੇਲੇ ਅਸੀਂ ਸਿੰਘੂ ਬਾਰਡਰ ਦੇ ਉੱਤੇ ਮੌਜੂਦ ਹਾਂ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਜਿਹੜਾ ਆ ਲੋਕ ਜਿਹੜੇ ਵਹੀਰਾਂ ਘੱਤ ਕੇ ਪਹੁੰਚ ਰਹੇ ਆ ਇੱਥੇ ਇੱਕ ਸਰਕਲ ਦੇ ਵਿੱਚ ਜਿਹੜੇ ਆ ਲੋਕ ਖੜ੍ਹੇ ਸੀਗੇ ਨਾਅਰੇ ਲਾ ਰਹੇ ਸੀਗੇ ਕੇਂਦਰ ਸਰਕਾਰ ਦੇ ਖਿਲਾਫ਼ ਇਹਦੇ ਵੀਰ ਕੁਝ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਤਾਂ ਜਿਹੜੇ ਨਾਅਰੇ ਆ ਜੀ ਇਹ ਕੇਂਦਰ ਸਰਕਾਰ ਦੇ ਖਿਲਾਫ਼ ਲਾਏ ਜਾ ਰਹੇ ਨੇ ਲੰਮੇ ਸਮੇਂ ਤੋਂ ਜਿਹੜੀ ਸਰਕਾਰ ਆ ਉਹ ਇਹ ਆਖ ਰਹੀ ਆ ਕਿ ਜਿਹੜੇ ਖੇਤੀ ਬਿੱਲ ਆ ਉਹਨਾਂ ਦੇ ਵਿੱਚ ਸੋਧਤਾ ਕਰ ਦਿੱਤੀ ਜਾਊਗੀ ਮੁਕੰਮਲ ਤੌਰ 'ਤੇ ਰੱਦ ਨਹੀਂ ਕੀਤੇ ਜਾਣਗੇ ਸਰਕਾਰ ਵੀ ਅੜੀ ਹੋਈ ਹੈ ਅਤੇ ਜਥੇਬੰਦੀਆਂ ਵੀ ਅੜੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕੀ ਸਿੱਟਾ ਨਿਕਲ ਸਕਦਾ ਦੇਖੋ ਜੀ ਅੱਜ ਜਿਹੜਾ ਅਸੀਂ ਸਾਰੀ ਸੰਗਤ ਨੂੰ ਜਿੰਨੀ ਵੀ ਇੱਥੇ ਸੰਗਤ ਆਈ ਆ ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਤਾਂ ਕਿ ਆਪ ਆਪਣੇ ਕਾਰੋਬਾਰ ਛੱਡ ਕੇ ਜੋ ਇੱਥੇ ਕੇਂਦਰ ਸਰਕਾਰ ਦੇ ਖਿਲਾਫ਼ ਮੋਰਚਾ ਇੱਥੇ ਲਾਇਆ ਹੈ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਇਹ ਦੇਸ਼ ਦਾ ਅੰਨਦਾਤਾ ਹੈ ਦੇਸ਼ ਦੇ ਅੰਨਦਾਤਾ ਜਿਹੜਾ ਹਰ ਇੱਕ ਨੂੰ ਰੁਜ਼ਗਾਰ ਮਿਲਦਾ ਹੈ ਦੇਸ਼ ਦੇ ਅੰਨਦਾਤਾ ਹੀ ਦਿੰਦਾ ਹੈ ਜੋ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਜਿਹੜੇ ਇੱਥੇ ਲਾਏ ਨੇ ਉਹਨੂੰ ਰੱਦ ਕਰਵਾਉਣ ਵਾਸਤੇ ਇੱਥੇ ਜਿਹੜਾ ਮੋਰਚਾ ਫਤਿਹ ਆ ਹੋਰ ਵੀ ਜਿਹੜੀਆਂ ਸੰਗਤਾਂ ਪੂਰੇ ਦੇਸ਼ ਦੀ ਗੱਲ ਕਰੀਏ ਹੁਮ ਆ ਕੇ ਕੇਰਲ ਕਰਨਾਟਕ ਤਾਮਿਲਨਾਡੂ ਜਿਸ ਤਰ੍ਹਾਂ ਪੰਜਾਬ ਹਰਿਆਣੇ ਨੇ ਸਭ ਤੋਂ ਪਹਿਲਾਂ ਮੋਰਚਾ ਲਾਇਆ ਸੀ ਇਸੇ ਤਰ੍ਹਾਂ ਬਾਕੀ ਸਟੇਟਾਂ ਵੀ ਮੋਰਚਾ ਲਾਉਣ ਆ ਰਹੀਆਂ ਨੇ ਕੁਛ ਪਹੁੰਚ ਚੁੱਕੀਆਂ ਕੁਛ ਪਹੁੰਚਣ ਵਾਲੀਆਂ ਇਹ ਜਿਹੜਾ ਸੰਘਰਸ਼ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾਵੇਗਾ ਕਿਉਂਕਿ ਜਿੰਨੀ ਦੇਰ ਤੱਕ ਮੋਦੀ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਇਹ ਕਿਸਾਨ ਔਰ ਜਿੰਨਾ ਵੀ ਇੱਥੇ ਲੋਕਾਂ ਦਾ ਪਬਲਿਕ ਦਾ ਸਾਥ ਹੈ ਸਾਰੀਆਂ ਜਥੇਬੰਦੀਆਂ ਸਾਥ ਹੈ ਇਸੇ ਤਰ੍ਹਾਂ ਜਾਰੀ ਰਹੇਗਾ ਉਨੀ ਦੇਰ ਇਹ ਵਾਪਸ ਨਹੀਂ ਜਾਣਗੇ ਕਿਉਂਕਿ ਇੱਥੇ ਦੇਖਿਆ 6-6 ਮਹੀਨੇ ਦਾ ਸਾਲ ਸਾਲ ਦਾ ਰਾਸ਼ਨ ਇੱਥੇ ਤੁਸੀਂ ਦੇਖਿਆ ਤੁਸੀਂ ਤਾਂ ਮੀਡੀਆ ਵਾਲੇ ਜੇ ਤੁਸੀਂ ਸਾਰਾ ਇੱਥੋਂ ਇਹਦਾ ਸਰਵੇ ਕਰ ਰਹੇ ਜੇ ਇੱਥੇ ਤਾਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਸ ਤਰ੍ਹਾਂ ਦਾ ਕੋਈ ਵੱਡਾ ਮੇਲਾ ਜਿਸ ਤਰ੍ਹਾਂ ਸਾਡੇ ਤਰਨ ਤਾਰਨ ਜ਼ਿਲ੍ਹੇ 'ਚ ਬਾਬੂੜਾ ਸਾਹਿਬ ਦਾ ਆਪਣੇ ਹਰਿਮੰਦਰ ਸਾਹਿਬ ਮੇਲਾ ਲੱਗਦਾ ਸਾਲ ਬਾਅਦ ਜਾਂ ਉੱਥੇ ਬਾਬਾ ਦੀਪ ਸਿੰਘ ਜੀ ਆ ਮੇਲਾ ਤਾਂ ਕਹਿ ਰਹੇ ਨੇ ਜੀ ਮੇਲੇ ਵਰਗਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੋਰ ਵੀ ਲੋਕ ਨੇ ਤਾਂ ਹੋਰ ਵੀ ਲੋਕ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਨਾਅਰੇ ਜਿਹੜੇ ਲਗਾਤਾਰ ਲਾਏ ਜਾ ਰਹੇ ਨੇ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ 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 ਇਹ ਕੀ ਹੋਇਆ ਮੋਦੀ ਮੋਇਆ ਇਹ ਕੀ ਹੋਇਆ ਮੋਦੀ ਮੋਇਆ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਲੋਕ ਜਿਹੜੇ ਆ ਲੋਕਾਂ ਦਾ ਰੋਹ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ਼ ਖੁੱਲ੍ਹ ਕੇ ਪ੍ਰਗਟ ਹੋ ਰਿਹਾ ਲੋਕਾਂ ਦੀ ਆਵਾਜ਼ ਜਿਹੜੀ ਆ ਮੋਦੀ ਤੱਕ ਪਹੁੰਚਾ ਦਿਓ ਤੁਹਾਡਾ ਆਪਣਾ ਚੈਨਲ ਜ਼ਿੰਦਾਬਾਦ ਚੈਨਲ ਜਿਹੜਾ ਆ ਸ਼ੇਅਰ ਦਾ ਬਟਨ ਜ਼ਰੂਰ ਦਬਾ ਦਿਓ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਰੋਹ ਜਿਹੜਾ ਆ ਫੁੱਟ ਫੁੱਟ ਕੇ ਪੈ ਰਿਹਾ ਮੋਦੀ ਸਰਕਾਰ ਦੇ ਖਿਲਾਫ਼ ਤਾਂ ਹੋਰ ਵੀ ਵੀਰ ਨੇ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਬਾਈ ਨੈਸ਼ਨਲ ਮੀਡੀਆ ਇਹ ਗੱਲ ਵਿਖਾ ਰਿਹਾ ਕਿ ਜਿਹੜੇ ਇੱਥੇ ਲੋਕ ਬੈਠੇ ਨੇ ਇਹ ਅੱਤਵਾਦੀ ਨੇ ਇਹ ਜਿਹੜੇ ਲੋਕ ਨੇ ਰੈਡੀਕਲਸ ਨੇ ਇਹ ਖਾਲਿਸਤਾਨੀ ਨੇ ਕੀ ਲੱਗਦਾ ਇਹ ਕੋਈ ਅੱਤਵਾਦੀ ਨਹੀਂ ਇਹ ਪੰਜਾਬ ਅਤੇ ਹੋਰ ਸਟੇਟਾਂ ਤੋਂ ਕਿਸਾਨ ਨੇ ਸਾਰਿਆਂ ਨੇ ਵੇਖੋ ਅਸੀਂ ਵਹਿੰਦੇ ਆਏ ਹਾਂ ਬੈਨਰ ਲਿਖ ਕੇ ਲਾਏ ਆ ਵੀ ਅਸੀਂ ਅੱਤਵਾਦੀ ਨਹੀਂ ਅਸੀਂ ਇੱਕ ਕਿਸਾਨ ਹਾਂ ਇਹ ਆਪਣੇ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਇੱਥੇ ਬੈਠੇ ਨੇ ਇਹ ਹੱਕੀ ਆਪਣੀਆਂ ਮੰਗਾਂ ਮਨਵਾ ਕੇ ਹੀ ਜਾਣਗੇ ਜੇ ਇਹ ਖੁਸ਼ੀ ਝਾਗ ਰੱਖਣ ਵੀ ਉੱਦਾਂ ਚੱਲ ਜਾਣਗੇ ਜਿੰਨਾ ਚਿਰ ਕਾਲੇ ਕਾਨੂੰਨ ਹੈ ਜਿਹੜੇ ਤਿੰਨ ਇਹਨਾਂ ਆਰਡੀਨੈਂਸ ਜਾਰੀ ਕੀਤੇ ਨੇ ਇਹ ਵਾਪਸ ਨਹੀਂ ਲੈਣਗੇ ਅਸੀਂ ਇੱਦਾਂ ਹੀ ਇਹ ਧਰਨਾ ਇੱਥੇ ਜਾਰੀ ਰੱਖਾਂਗੇ ਤਾਂ ਇੱਕ ਗੱਲ ਕਰ ਲਈਏ ਜੀ ਇੱਕ ਪਾਸੇ ਜਿਹੜਾ ਆ ਸਰਕਾਰ ਨੇ ਆਪਦੀ ਫੋਰਸ ਜਿਹੜੀ ਆ ਲਾਈ ਹੋਈ ਆ ਦੂਜੇ ਪਾਸੇ ਜੇ ਗੱਲ ਕਰੀਏ ਸਟੇਜ ਦੀ ਜਿਹੜੀ ਕਾਰਵਾਈ ਆ ਉਹ ਤੋਂ ਅੱਗੇ ਖਾਲਸਾ ਪੰਥ ਬੈਠਾ ਕਿਹਾ ਜਾਂਦਾ ਵੀ ਜਿਹੜਾ 19 ਵਾਰੀ ਸਿੰਘਾਂ ਨੇ ਜਿਹੜਾ ਦਿੱਲੀ ਨੂੰ ਫਤਿਹ ਕੀਤਾ ਪੰਜਾਬ ਨੇ ਦਿੱਲੀ ਨੂੰ ਫਤਿਹ ਕੀਤਾ ਹਰ ਵਾਰ ਜਿਹੜੀ ਆ ਜਿਹੜੀ ਅਗਵਾਈ ਆ ਅਕਾਲ ਪੁਰਖ ਆਪ ਕਰਦਾ ਰਿਹਾ ਅੱਜ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਗਵਾਈ ਕਰ ਰਿਹਾ ਬਿਲਕੁਲ ਜੀ ਹੁਣ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਗਵਾਈ ਕਰਦਾ 19 ਵਾਰੀ ਅੱਗੇ ਦਿੱਲੀ ਫਤਿਹ ਕੀਤੀ ਹੁਣ ਵੀ ਦਿੱਲੀ ਫਤਿਹ ਕਰਕੇ ਕਿਸਾਨ ਵਾਪਸ ਜਾਣਗੇ ਜੀ ਅਤੇ ਜੇ ਹੱਕ ਮੰਗਣਾ ਅੱਤਵਾਦੀ ਆ ਤਾਂ ਫਿਰ ਸਾਰਾ ਦੇਸ਼ ਹੀ ਅੱਤਵਾਦੀ ਆ ਜੀ ਕਿਉਂਕਿ ਕੇਰਲ ਹਰਿਆਣਾ ਪੰਜਾਬ ਹਿਮਾਚਲ ਯੂਪੀ ਸਾਰਿਆਂ ਤੋਂ ਕਿਸਾਨ ਆਏ ਆ ਕਦੀ ਇਹ ਕਹਿੰਦੇ ਖਾਲਿਸਤਾਨੀ ਆ ਜੀ ਜੇ ਹੱਕ ਮੰਗਣਾ ਖਾਲਿਸਤਾਨੀ ਤਾਂ ਸਾਰਾ ਦੇਸ਼ ਹੀ ਖਾਲਿਸਤਾਨੀ ਹੈ ਜੀ ਇਸ ਕਰਕੇ ਜਿੰਨਾ ਚਿਰ ਤਿੰਨੇ ਆਰਡੀਨੈਂਸ ਮੋਦੀ ਵਾਪਸ ਨਹੀਂ ਲੈਂਦਾ ਉਹਨਾਂ ਦੇ ਰੇਸੋਂ ਧਰਨਾ ਨਹੀਂ ਚੁੱਕਿਆ ਜਾਊਗਾ ਭਾਵੇਂ 6 ਮਹੀਨੇ ਲੱਗ ਜਾਣ
ये मोर्चा फतेह करके ही पंजाब वापस जाएंगे किसान जी। तो इन्हों का कहना जे हक मंगना खालिस्तानी होना आ तो सारा मुल्क खालिस्तानी आ, सारा मुल्क अतवादी है। इतने बीजेपी का जोड़ा विरोध कर रहा है उन्होंने खालिस्तानी कह दिता जाता, उन्होंने अतवादी कह दिता जाता। गल कर लेने जी तो जस्टिन ट्रूडो ने बयान दिता कि मैं किसानों के नाल हाँ। जस्टिन ट्रूडो आख रहे हैं भी जे किसानों धक्का हो रहा तो जोड़ा मोदी की एंट्री है असं कनेडा च बैन कर देंगे। की लगता हूँ ट्रूडो भी खालिस्तानी है? नहीं जी बिल्कुल जिहड़ी गल आ इह ते बिल्कुल गलत गल्लां कहीआं जा रहीआं ने। जो भी आ सारे किसान भरा इकट्ठे हो गए इस टाइम सारा एक जथा लैके आए, पंजाब हरियाणा सारिया स्टेटां जथा लैके आई हैं ते इत्थों जित के ही जाना, उदा नहीं जाते वापस घरां नूं। ते बाकी उह तुसीं सुणिआ ट्रूडो दी गल कीती, अमेरिका दा बराक ओबामा राष्ट्रपति उह एक वेले रह चुका, उहने कहा मैं इस बंदे नूं हथ मिलाया। मैं शेम फील करदा अपने आप दे विच कि इस बंदे नूं मैं हथ मिलाया जिहड़ा इहनां बाकी इस बंदे नूं ओ कहिंदा कि मैं गलत इस बंदे नूं हाथ मिलाया कि जिहड़ा इस मतलब गिरिया इत्थों तक गिरिया बंदा। बाकी जी इह गल आ इह ते मोर्चा फतेह करके जावांगे ते फतेह करन दे हक दे विच ही आए असीं। इत्थे इह नहीं कि दो चार दिन कोई मेला वेखण आए आ। ते दिल्ली सरकार नूं इह कहिंदे आ कि कन्न खोल के सुन लै दिल्लीए, इह पंजाब भावें हरियाणा भावें हिंदुस्तान की कोई भी स्टेट तों जिहड़ा भी आया वीर इह खाली नहीं जांदा, अपने हक लै के जाऊगा। जो भी होर भी वीर ने इन्हां नाल गल कर लैंदे आ बई, पंजाब दे नौजवानां नूं इह गल आखी जांदी सी इह तां नशियां ने खाले, इह जिहड़े आ टीके लाउंदे इन्हां दे हत्थां 'च टीके ने, इह तां कुछ कर नहीं सकदे, जां बाहर नूं तुर के जां नशियां ने खाले। अज जे गल कर ली अज हक मंग रहे आ पंजाब दे पुत्त, दिल्ली बॉर्डर दे उत्ते खड़े आ, फोर्सां दे अगे डटे होए ने, पिछे भी बैरीकेड भन्न के अगे लंघ के आए आ, उही पुत्त ने जिहड़े टीके गड्डी फिरदे सी नसां दे विच। लगदा सरकार नूं भी जिहड़े असीं समझ ले सी टीकियां ने खाले नशियां ने खाले अज जम के फिर खड़े हो गए ने। नशिया की गल करता 6 फुट का खड़ा सामने नू कह मोदी नू कह जिथे मर्जी कल ना कला आ जाए, नशे नहीं है अज जिथे पहुंचे ना देखो वे खड़ वेखो ना नौजवानों का। तो मैं यही नाले भी सुनेहा देना चाहना वा कि आप सारे भरा इतने जिन्हें नौजवान आए थोड़ा होश तो जोश तो कम लीए। मैं थोड़े मैसेज देना चाहना इस जरिए भी जंग जित्ती पई आ, पूछ रह गई आ, कोई चक्कर नहीं है ना, महाराज करूगा कृपा करूगा, ये रब वसदा लोगों के विच, ये रब आप करा रहा इतने जो लंगर चल रहे पे आ, एक गुरु महाराज गुरु नानक देव जी के वीर पैदा लंगर चलता पाया। कोई इतने नशे नहीं जी, कोई कुछ नहीं जी, सब कुछ बिल्कुल तुम वेख रहे हो, तुम तो सड़ तो वध पता तुम इतने किदन की आपदे प्रमोट कर रहे पे हो। तो मैं ये गल कहना चाहना वा मोदी जी, ये किसान फतेह करके जाएंगे, दिल्ली मोर्चा जित के जाएंगे, तो भुलेखा मन चो कढ़ दो। तो पंजाब के किसान ये गल ट्रैक्टर के अगे भी यह गल् लिखिया हुई ने, दिल्ली तो बिल्ली जी एक बराबर है, वो ये गल् लिख के जिहड़ा ट्रैक्टर के मूहरे ये गल्लां लिखिया हुई ने। बाई ने कहा कि हुण तां कल्ली पूछ रह गई है भी जे गल कर लिए दिल्ली सरकार दे उत्ते केंद्र सरकार दे उत्ते UNO दे विच भी साडा मसला जिहड़ा पंजाबियां दा मसला देश दा मसला जिहड़ा आ विचारिया गया किसानी दा मुद्दा, लगदा भी UNO दा दबाव भी आ इंटरनेशनल दबाव इन्हां नूं झुकना ही पऊगा। देखो जी सारिया स्टेटा जिन्नी इंटरनेशनल स्टेटा चाहे कनेडा ले लो, रशिया ले लो, ज आस्ट्रेलिया ले लो, जापान ले लो, सारिया स्टेटा जिहड़ियां इन्हां दे उल्टे दबाव पा रही ने कि यह काम गलत कर रहा है, ये किसान अपने हक मंग रहा है, ये इन्हों को दबाने की कोशिश कर रहा है, ये सिर्फ दो बंदे अडानी तो अंबानी को अपना लाभ देना चाहता जिन्होंने इन्होंने वोटों का जित लदाया है, हूँ उन्होंने यदि गोडे धों से गोडा रखा वा तो पंजाब वालू तुर पाया कि यह एक स्टेट रह गई ही कि ये उत्ते कानून लागू करके इन्होंने गहने पा के ही लोगों की जमीन ले लीए, यह काम अं बिल्कुल नहीं हो देवे, साड़ी भावें जान चली जाए, ये मोर्चा लगातार जारी रहेगा, वो भावें 6 महीने लग जा साल लग जा लगातार जारी रहेगा। गल कर लें यह गल आखी जाती है भी देश में जोड़ा आ BJP नहीं चला RSS चला जोड़ा आ कारपोरेट अदारे चलाने ने, यह गल वाकई यकीनन हैगी भी देश के उत्ते मनुवादी जिहड़ियां सिमरतियां जिहड़ियां मनुवादी नीतियां वो जिहड़ियां थोपियां जा रही ने, अच्छ चाहे दलितां नाल धक्का हुंदा, चाहे घट गिनती कौमां नाल धक्का हुंदा, मुसलमानां नाल धक्का हुंदा, सिखां नाल हुंदा, बोधियां जनियां नाल जिन्हां नाल भी हुंदा, ये भी कह रहे हैं सबका साथ सबका विकास जिहड़ा यह नारा दिंदे आ BJP वाले, पर जिहड़े दलित ने जां होर ने उह तां कहिंदे असीं सेफ ही नहीं इस मुल्क दे विच। बिल्कुल सही गल है जी, क्योंकि जोड़ा BJP का जोड़ा इलैक्शन है हिंदुस्तान दारिया स्टेटा का वह जिन्ना भी खर्चा है जोड़ा इलैक्शन किया गया है वह अंबानी तो अदानी ने सारा किया है। अज मोदी वो उन्होंने ये इकट्ठी कटा है जिस तरह तू असी पंजाब बिलोंग करते हैं सारे वीर इतने, ये मोगा मुकसर बठिंडा और पानीपत हरियाणा 2500 acres जिथे रेल पटड़ियाँ अदानी जोड़ा उत्थे प्लांट लग रहे हैं वो सीधिया रेल पटड़ियाँ प्राइवेट भी बिछा दती गई ने, इस तरह ही इन्हें माझे दे विच भी साढ़े अमृतसर जिले विच भी लागे बने करना है बनाना है,
ये बिल्कुल सही गल है। मोदी जिहड़ा सारा जो जिहड़ा दारोमदार उन्हां दे हाथ विच देना चाहुंदा है, क्योंकि सारा उन्हां खर्चा कीता। हुण मोदी ये फस चुका है भी हुण, क्योंकि मोदी हारिया पिया इस कोई शक नहीं, उन्हूं सिर्फ एक ये कन्फ्यूजिंग हो चुकी है भी मैं अदानी और अंबानी का इन्ना खर्चा करवा के हुण मैं किसानां नूं किस तरह ना करा, किस तरह मैं बिल जिहड़े माफ़ करा, रद्द करा। और दूजी गल जिहड़ी तुसीं सानूं एक पुछी सी, जिस तरह मोदी ने कहा जी पंजाब दे जिहड़ी जवानी आ उह नशियां दे तुर पई है, आ मैं तुहानूं दसणा चाहुंदा तुहाडे मीडियम माध्यम राहीं कि आ जिन्ने भी नौजवान इत्थे बजुर्ग सारे तुसीं देखो भी ये कोई इन्हां दे विच्चों कोई नशा करन वाला बंदा है। एक गलत गुमराह कीता जा रहा, लोगों नूं भड़काया जा रहा, क्योंकि ये कहिंदा पंजाब दे जिहड़े सिख आ, पंजाब दे किसान आ, ये अतवादी है। मैं इहनूं पुछणा चाहुंदा है मोदी जिहड़ी तुहाडी बीजेपी पार्टी है, एक आर एस एस निकरा जो निकरा वाले सी उहनां दे विच्चों तुहाडी ये पार्टी निकली है, जिस तरह एक खुड दे विच्चों जिस तरह कीड़ियां दा भौं ला लो, एक कीड़ी निकलती, दो निकलती, चार निकलती, इहनां जिहड़ा पार्टी दा आधार इस तरह बणिया। पहलों आर एस एस नाल निकले, उहनां दे विच्चों कुछ मेन मोढ़ी बंदे निकले, ये क्यों ये अतवादी नहीं। और मोदी कहिंदा मैं हिंदू राष्ट्र बनाउणा, इहनूं बंदा पुछे तूं हिंदू राष्ट्र बनाउणा ते बाकी जिहड़े जिहड़ी सिख कौम है, मुसलमान कौम है, होर जिहड़ा दलित भाईचारा ऐसी ओह कड़े पासे जाण, ओह भी देश दे मतलब ए रहायशी ने। तुहाडा नाम जी? मेरा नाम रजिंदर शर्मा जी। ਤਾਂ ਇੱਕ ਹਿੰਦੂ ਵੀਰ ਦੇ ਬੋਲ ਆ ਇਹ, ਜੇ ਮੋਦੀ ਵਰਗੇ ਕਹਿੰਦੇ ਆ ਹਰਜਿੰਦਰ ਸ਼ਰਮਾ ਇਹਨਾਂ ਦਾ ਨਾਮ ਹੈ, ਖੁਦ ਪੰਡਿਤ ਨੇ ਸ਼ਰਮਾ ਨੇ, ਇਹਨਾਂ ਦਾ ਕਹਿਣਾ ਇਹ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ ਆ, ਦੂਜੀਆਂ ਕੌਮਾਂ ਕਿੱਥੇ ਜਾਣਗੀਆਂ। ਇੱਕ ਪਾਸੇ ਤਾਂ ਕਹਿੰਦੇ ਆ ਸਬਕਾ ਸਾਥ ਸਬਕਾ ਵਿਕਾਸ, ਦੂਜੇ ਪਾਸੇ ਹਿੰਦੂ ਰਾਸ਼ਟਰ ਦੀਆਂ ਸ਼ਰਿਆਂ ਗੱਲਾਂ ਕਰਦੇ ਨੇ। ਜੇ ਇਹਨਾਂ ਦਾ ਕਹਿਣਾ ਹੈ ਜੇ ਹੱਕ ਮੰਗਣਾ ਖਾਲਿਸਤਾਨੀ ਆ, ਅੱਤਵਾਦੀ ਹੋਣਾ ਆ, ਤਾਂ ਜਿਹੜੇ ਇਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਆ, ਖੁਦ ਅੱਤਵਾਦੀ ਨੇ, ਇਹ ਸਰਕਾਰਾਂ ਖੁਦ ਅੱਤਵਾਦੀ ਨੇ, ਇਹਨਾਂ ਨਾਲ ਗੱਲ ਕਰ ਲੈਂਦੇ ਆ, ਹੋਰ ਵੀਰ ਖੜ੍ਹੇ ਨੇ। ਤਾਂ ਜੇ ਐਨ ਯੂ ਦੇ ਵਿੱਚ ਕੁਝ ਹਾਲਾਤ ਬਣਦੇ ਆ ਜੀ, ਇਹ ਜਾਂ ਸ਼ਹੀਨ ਬਾਗ ਦਾ ਜਿਹੜਾ ਮੋਰਚਾ ਲੱਗਿਆ ਸੀ ਉੱਥੇ, ਜਿਹੜਾ ਆ ਹਾਲਾਤ ਬਣਦੇ ਨੇ ਅਜਿਹੇ ਕਿ ਜਿਹੜੇ ਬਲ ਦਾ ਪ੍ਰਯੋਗ ਜਿਹੜੀ ਕੇਂਦਰ ਸਰਕਾਰ ਕਰਦੀ ਹੈ, ਅੱਜ ਜੇ ਇੱਥੇ ਬਲ ਦਾ ਪ੍ਰਯੋਗ ਕਰਦੀ ਹੈ ਸਰਕਾਰ, ਜੇ ਲੋੜ ਪੈ ਗਈ ਤਾਂ ਕਹਿ ਲਈਏ ਵੀ ਸਰਕਾਰ ਜੇ ਆਪਦੀ ਘਟੀਆ ਨੀਤੀ ਦੇ ਉੱਤੇ ਜੇ ਉੱਤਰ ਆਈ ਬਲ ਦਾ ਪ੍ਰਯੋਗ ਕਰਨ ਲੱਗ ਪਈ, ਵਾਇਲੈਂਸ ਜੇ ਉਹਨਾਂ ਨੇ ਲਾਤੀ, ਤਾਂ ਸਾਡੀ ਕੀ ਤਿਆਰੀ ਹੈ? ਅਸੀਂ ਜੀ ਇੱਟ ਦਾ ਜਵਾਬ ਪੱਥਰ 'ਚ ਦੇਵਾਂਗੇ, ਅਤੇ ਜੋ ਵੀ ਸਾਨੂੰ ਜਿਹੜਾ ਵੀ ਸੰਘਰਸ਼ ਸਾਨੂੰ ਵਿੱਧਣਾ ਪਿਆ ਅਸੀਂ ਵਿੱਢਾਂਗੇ, ਅਤੇ ਅਸੀਂ ਇੱਥੋਂ ਮਤਲਬ ਜਿਹੜੇ 3 ਆਰਡੀਨੈਂਸ ਬਿੱਲ ਆ ਉਹ ਰੱਦ ਕਰਾ ਕੇ ਅਤੇ ਫੇਰ ਹੀ ਮੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਬਾਪੂ ਮੌਜੂਦ ਨੇ, ਇਹਨਾਂ ਨਾਲ ਗੱਲ ਕਰ ਲੈਂਦੇ ਹਾਂ, ਬਾਈ ਨਾਲ ਗੱਲ ਕਰ ਲੈਂਦੇ ਹਾਂ। ਬਾਈ ਜੀ ਲੰਮਾ ਸਮਾਂ ਹੋ ਗਿਆ ਸੰਘਰਸ਼ ਨੂੰ ਚੱਲਦਿਆਂ, ਮੋਦੀ ਕਿਤੇ ਨਾ ਕਿਤੇ ਇੰਟਰਨੈਸ਼ਨਲ ਦਬਾਅ ਵੀ ਇਹਨਾਂ ਦੇ ਉੱਤੇ ਬਣਿਆ ਹੋਇਆ, ਵੀ ਲੋਕ ਇਹ ਗੱਲ ਆਖ ਰਿਹਾ ਵੀ ਸੱਪ ਦੇ ਮੂੰਹ 'ਚ ਕੋੜ ਕਿਰਲੇ ਵਾਲੀ ਗੱਲ ਆ, ਨਾ ਖਾ ਸਕਦਾ ਨਾ ਛੱਡ ਸਕਦਾ, ਵਾਕਈ ਹੈਗੀ ਇਹ ਗੱਲ? ਇਹ ਤਾਂ ਗੱਲ ਵਾਕਈ ਹੈਗੀ ਹੈ ਜੀ, ਸਾਰੀਆਂ ਕੰਟਰੀਆਂ ਯੂ ਐੱਨ ਓ ਵੀ ਇਹਦਾ ਦਬਾਅ ਬਣਾ ਰਹੀ ਹੈ ਕਿ ਇੱਕ ਮਜ਼ਦੂਰ ਦੇ ਇੱਕ ਕਿਸਾਨ ਰਲ ਕੇ ਆਪਦਾ ਹੱਕ ਮੰਗ ਰਿਹਾ, ਕਿ ਜੇ ਉਹ ਹੱਕ ਮੰਗਦੇ ਨੇ ਉਹ ਅੱਤਵਾਦੀ ਨੇ ਜਾਂ ਕੁਛ ਸਤਿ ਸ਼੍ਰੀ ਅਕਾਲ, ਜਿਹੜਾ ਉਹ ਹੱਕ ਮੰਗਦੇ ਨੇ ਉਹ ਕੋਈ ਅੱਤਵਾਦੀ ਨਹੀਂ ਗੇ, ਕੋਈ ਕੁਛ ਨਹੀਂ ਗਾ, ਉਹਨਾਂ ਨੂੰ ਹੱਕ ਦਿੱਤਾ ਜਾਵੇ। ਬਾਹਰਲੀਆਂ ਸਟੇਟਾਂ ਵੀ ਦਬਾਅ ਬਣਾ ਰਹੀਆਂ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ, ਨਾ ਕਿ ਅੰਬਾਨੀ ਦੇ ਅੰਡਾਨੀ ਨੂੰ ਜਿਹੜਾ ਕੁਛ ਹੈਗਾ ਉਹਨਾਂ ਨੂੰ ਸਾਰਾ ਕੁਛ ਦਿੱਤਾ ਜਾਵੇ। ਉਹ ਅੰਬਾਨੀ ਦੇ ਜਦੋਂ ਕਿ ਮੋਦੀ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਉਹ ਮੋਦੀ ਅਡਾਨੀ ਦੇ ਅੰਬਾਨੀ ਨੂੰ ਦੇਣ ਦੇ ਹੱਕ ਵਿੱਚ ਆ, ਪਰ ਜਿਹੜਾ ਸੰਘਰਸ਼ ਆ ਉਹ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲਣ ਦਿਆ ਆਪਦੇ ਹੱਕਾਂ ਦੇ ਲਈ। ਅੱਗੋਂ ਜੇ ਕੋਈ ਸਾਡੇ ਜਿਹੜੀਆਂ ਯੂਨੀਅਨਾਂ ਬੈਠੀਆਂ ਨੇ ਇੱਥੇ ਉਹ ਆਪਦਾ ਫੈਸਲਾ ਜੋ ਵੀ ਹੋਊਗਾ ਉਹਨਾਂ ਦੇ ਮੁਤਾਬਕ ਜੋ ਵੀ ਹੋਊਗਾ ਅਸੀਂ ਉਹਨਾਂ ਦੇ ਮੁਤਾਬਕ ਤਿਆਰ ਹਾਂ ਜੀ। ਬਾਪੂ ਮੌਜੂਦ ਨੇ, ਬਾਪੂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ। ਬਾਪੂ ਸੰਘਰਸ਼ ਜਿਹੜਾ ਲੰਮਾ ਚੱਲ ਰਿਹਾ, ਤੁਸੀਂ ਵੀ ਆਪਦੀ ਉਮਰ ਦੇ ਵਿੱਚ ਕਾਫੀ ਕੁਛ ਦੇਖਿਆ ਹੋਣਾ, 84 ਦੇਖਿਆ ਹੋਣਾ, ਉਸ ਤੋਂ ਪਹਿਲਾਂ ਜੋ ਪੰਜਾਬ ਦੇ ਨਾਲ ਘਾਣ ਹੋਇਆ, ਅੱਜ ਜੇ ਗੱਲ ਕਰ ਲਈ ਅੱਜ ਸੰਘਰਸ਼ ਜਿੱਤਾਂਗੇ? ਜ਼ਰੂਰ ਜੀ, ਮੈਂ ਵੇਖੋ ਜੀ ਮੇਰੀ 61 ਯੀਅਰ ਹੈ ਜੀ, ਮੈਂ ਜ਼ਿੰਦਗੀ 'ਚ ਪਹਿਲਾਂ ਹੀ ਸੰਘਰਸ਼ ਏਡਾ ਵੇਖਿਆ ਜ਼ਿੰਦਗੀ ਦੇ ਵਿੱਚ। ਸੰਘਰਸ਼ ਦਿੱਲੀ ਬੜੇ ਕੀਤੇ ਆ, ਔਰ ਜਿਹੜੀ ਬੀਜੇਪੀ ਸੀ ਹੁਣ ਪਲੱਸ ਆਰਐਸਐਸ ਇਕੱਲੀ, ਹੁਣ ਇਕੱਲੀ ਆਰਐਸਐਸ, ਅਸੀਂ ਤਾਂ ਅੱਤਵਾਦੀ ਹਾਂ, ਇਹ ਐਵੇਂ ਇੱਕ ਰਾਸ਼ਟਰ, ਇੱਕ ਬੋਲੀ, ਇੱਕ ਮੰਡੀ, ਇੱਕ ਇਹ ਸਭ ਕੁਝ ਇਹ ਕੀਤੀ ਜਾਂਦੇ ਆ। ਮੈਂ ਤਾਂ ਇਹਨਾਂ ਨੂੰ ਇਹ ਗੱਲ ਚਾਹੁੰਦਾ ਚਾਹੁੰਦੇ ਹਾਂ ਵੀ ਜਦੋਂ ਕਾਨੂੰਨ ਬਣਾਉਣਾ ਸਾਡੇ ਤਾਂ ਕਾਨੂੰਨ ਬਣਾਉਣਾ, ਸਾਨੂੰ ਪੁੱਛਿਆ ਹੀ ਨਹੀਂ ਜਾਂਦਾ, ਅਸੀਂ ਇਹਨਾਂ ਨੂੰ ਵੋਟਾਂ ਪਾਈਆਂ, ਅਸੀਂ ਇਹਨਾਂ ਨੂੰ ਇੱਥੋਂ ਤੱਕ ਘਲਾਇਆ, ਅਤੇ ਸਾਨੂੰ ਪੁੱਛਦੇ ਨਹੀਂ, ਪੁੱਛਦੇ ਅਡਾਨੀ ਬਾਨੀ ਨੂੰ ਆ। ਇਹ ਆਰਐਸਐਸ ਵਾਲੇ ਜਿਹੜੇ ਨੇ ਉਹ ਵੱਡੇ ਅੱਤਵਾਦੀ ਨੇ, ਵੱਡੇ ਲੂੰਬੜ ਚਾਲ ਨੇ, ਅਤੇ ਵੱਡੇ ਜਿਹੜਾ ਫੇਰੀ ਵਾਲੇ ਨੇ। ਇਹ ਕਰਕੇ ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਤਾਂ
ने पंजाब के लोग जिन्हों के केंद्र सरकार नू लैके रोह जिहड़ा आ टुट टुट पै रहा, तुसीं देख सकते हो जिंदाबाद चैनल के माध्यम राही लोगों का जिहड़ा रोह आ मोदी तक पहुँचा दिओ, समय दीआं सरकारां तक पहुँचा दिओ। इन्हां दा कहना कि जदों कानून बनाए जांदे आ सानू नहीं पुछिया जांदा, जे हक मंगना अतवादी है, जे हक मंगना खालिस्तानी है तां सारा देश ही खालिस्तानी है, सारा देश अतवादी है। जस्टिन ट्रूडो भी खालिस्तानी है, जस्टिन ट्रूडो भी अतवादी है, खुद सरकारां खुद अतवादी ने जो हिंदू राष्ट्र दीआं गल्लां करदीआं ने, जो एक राष्ट्र दीआं गल्लां करदीआं ने, इह इहनां लोकां दा कहना आ। कैमरामैन लैमनदीप सिंह दे नाल मैं सिमरनजीत सिंह, सिमरा जिंदाबाद चैनल सिंघू बॉर्डर।